ਸੰਜੇ ਸतीश ਰਿਆ ਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹਮਸਫਰ ਸੁਪਰ ਫਾਸਟ ਐਕਸਪ੍ਰੈਸ ਟ੍ਰੇਨ ਨੂੰ ਲੱਗ ਗਿਆ ਤੀ ਸੁਰਖੀਤ ਕੱਡੇ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ਿਰਕਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਗੁਜਰਾਤ ਦੇ ਬਲਸਾੜ ਚ ਐਕਸਪ੍ਰੈਸ ਟ੍ਰੇਨ ਚ ਅੱਗ ਲੱਗੀ ਦਰਸਲ ਹਮਸਫਰ ਸੁਪਰ ਫਾਸਟ ਐਕਸਪ੍ਰੈਸ ਟ੍ਰੇਨ ਚ ਅੱਗ ਲੱਗਣ ਦੀ ਘਟਨਾ ਸਾਹਮਣੇ ਇਹ ਟ੍ਰੇਨ ਮੁੰਬਈ ਤੋਂ ਅਮદાવાદ ਜਾ ਰਹੀ ਸੀ ਟ੍ਰੇਨ 'ਚ ਅੱਗ ਲੱਗਦੀ ਹੈ ਅਫਰਾ ਫਰੀ ਮਚ ਗਈ ਯਾਤਰੀਆਂ ਨੂੰ ਟ੍ਰੇਨ 'ਚ ਸੁਰੱਖਿਅਤ ਬਾਹਰ ਕਢ ਲਿਆ ਗਿਆ ਫਿਲਹਾਲ ਅੱਗ ਲੱਗਣ ਕਾਰਨ ਕਿਸ ਤਰ੍ਹਾਂ ਦੇ ਜ਼ਾਲਿਮਾ ਦਾ ਨੁਕਸਾਨ ਖਬਰ ਨਹੀਂ ਹੈ ਅੱਗ ਟ੍ਰੇਨ ਦੇ ਜਨਰੇਟਰ ਕੋਚ 'ਚ ਲੱਗੀ ਸੀ ਪਰ ਵੇਖਦੇ-ਵੇਖਦੇ ਅੱਗ ਬਾਕੀ ਡੱਬਿਆਂ ਤੱਕ ਫੈਲ ਗਈ ਹਾਲਾਂਕਿ ਇਹ ਜਾਣਕਾਰੀ ਸਾਹਮਣੇ ਕਿ ਟ੍ਰੇਨ 'ਚ ਸਵਾਰ ਸਾਰੀ ਯਾਤਰੀ ਨੂੰ ਸੁਰੱਖਿਅਤ ਬਾਹਰ ਕਢ ਲਿਆ ਗਿਆ ਹੈ ਅੱਗ ਦੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪਹੁੰਚੀ ਟ੍ਰੇਨ 'ਚ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਜਰੂਰ ਦਿਨਾ ਤੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ